हेलो दोस्तों, अज आपां जो गल कर रहे हां 10th क्लास दा जो लास्ट चैप्टर है संभावना प्रोबेबिलिटी ओदी सॉल्यूशन की ते गल कर रहे हां जो ऑब्जेक्टिव असाइनमेंट तुहानू दित्ता होया सी। फर्स्ट क्वेश्चन है, हेठां लिखिया विचों केड़ा सही है? आ रहा संभावना दी जिहड़ी किसे भी इवेंट दी घटना दी संभावना 0 दे बराबर या ओदे तों वड्डी, 1 दे बराबर, 1 तों छोटी हुंदी है। ਹੇਠਾਂ ਦਿੱਤਾ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, ਨੈਗੇਟਿਵ ਨਹੀਂ ਹੋ ਸਕਦੀ? ਆਪਾਂ ਨੂੰ ਪਤਾ ਹੈ ਅਗਰ ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ 3/5 ਹੈ ਤਾਂ ਨਾ ਹੋਣ ਦੀ ਕੀ ਹੋਊ? ਸਿੰਪਲ ਸੋਚੋ, 3/5, 5 ਚੋਂ 3 ਵਾਰ ਘਟਨਾ ਵਾਪਰ ਗਈ, 2 ਵਾਰ ਨਹੀਂ ਵਾਪਰੀ, ਤਾਂ ਆਂਸਰ ਕੀ ਆ ਗਿਆ? 2/5। ਈ ਦੇਖੋ, ਆ ਨਿਸ਼ਾਨ ਆ ਜਾਏ ਜਾਂ ਈ ਨਹੀਂ ਆ ਜਾਏ ਤਾਂ ਇਹਦਾ ਮਤਲਬ 1 ਮਾਈਨਸ ਪੀ ਈ ਹੁੰਦਾ। ਕਿਸੇ ਨਿਸ਼ਚਿਤ ਘਟਨਾ ਦੀ ਸੰਭਾਵਨਾ 1 ਹੁੰਦੀ ਹੈ ਸ਼ਿਓਰ ਇਵੈਂਟ, ਤੇ ਇੰਪੋਸੀਬਲ ਦੀ ਕੀ ਹੁੰਦੀ ਹੈ? 0 ਹੁੰਦੀ ਹੈ। ਨੈਕਸਟ, ਕਿਸੇ ਪ੍ਰਯੋਗ ਦੀਆਂ ਸਾਰੀਆਂ ਘਟਨਾਵਾਂ ਦਾ ਜੋੜ 1 ਹੁੰਦਾ ਹੈ। ਹੁਣ ਅੱਗੇ ਆ ਗਿਆ ਜੀ, ਕਹਿੰਦੇ ਅਗਰ ਕੋਈ ਵੀ ਸੰਭਾਵਨਾ ਇੰਨੀ ਹੈ ਤਾਂ ਦੂਜੀ ਪਤਾ ਕਰੋ। 0.05 ਦਾ ਮਤਲਬ ਹੋ ਗਿਆ 5/100, 1/20, 20 ਚੋਂ 1 ਵਾਰ ਘਟਨਾ ਵਾਪਰ ਗਈ, 19 ਵਾਰ ਨਹੀਂ ਵਾਪਰੀ। ਕਿਸੇ ਸਿੱਕੇ ਨੂੰ 1 ਵਾਰੀ ਉਛਾਲਣ ਤੇ ਸੰਭਾਵਨਾ ਪਤਾ ਕਰੋ। ਹੈਡ ਦੀ ਪ੍ਰੋਬੇਬਿਲਿਟੀ 1/2, ਟੇਲ ਦੀ ਪ੍ਰੋਬੇਬਿਲਿਟੀ 1/2। ਇੱਕ ਪਾਸੇ ਨੂੰ 1 ਵਾਰ ਸਿੱਟਿਆ ਗਿਆ ਹੈ, ਟਾਂਕ ਸੰਖਿਆਵਾਂ 3 ਹੁੰਦੀਆਂ ਨੇ, 1, 3, 5, ਤਾਂ 3/6, 1/2। ਜਿਸ ਸੰਖਿਆਵਾਂ 3 ਹੁੰਦੀਆਂ ਨੇ, 2, 4, 6, 3/6, 1/2। ਅਪਾਤ ਸੰਖਿਆ ਪ੍ਰਾਈਮ ਵੀ 3 ਹੁੰਦੀਆਂ ਨੇ, 2, 3, 5, 3/6, 1/2। 2 ਤੋਂ ਵੱਡੀਆਂ ਸੰਖਿਆਵਾਂ 4 ਹੋ ਗਈਆਂ, 4/6 ਦਾ ਮਤਲਬ 2/3। ਭਾਜ ਸੰਖਿਆਵਾਂ ਸਿਰਫ 2 ਹੁੰਦੀਆਂ ਨੇ, 4 ਤੇ 6, 2/6 ਦਾ ਮਤਲਬ 1/3। ਇੱਕ ਬੈਗ ਦੇ ਵਿੱਚ 3 ਲਾਲ ਗੇਂਦਾਂ ਨੇ, 5 ਕਾਲੀਆਂ ਨੇ, ਟੋਟਲ 8 ਗੇਂਦਾਂ ਹੋ ਗਈਆਂ। ਬਾਲ ਕੱਢੀ ਗਈ, ਸੰਭਾਵਨਾ ਪਤਾ ਕਰੋ ਲਾਲ ਰੰਗ ਦੀ, 8 ਚੋਂ 3 ਲਾਲ ਨੇ, 3/8। ਨੈਕਸਟ, ਕਾਲੇ ਰੰਗ ਦੀਆਂ ਕਹਿਤੀਆਂ, 8 ਚੋਂ 5 ਕਾਲੀਆਂ ਨੇ, ਤਾਂ ਕਿੰਨਾ ਆਂਸਰ ਆ ਗਿਆ? 5/8। 52 ਪੱਤਿਆਂ ਦੀ ਤਾਸ਼ ਦੇ ਕੁੱਟੇ ਵਿੱਚੋਂ 1 ਪੱਤਾ ਕੱਢਿਆ ਗਿਆ ਹੈ, ਸੰਭਾਵਨਾ ਪਤਾ ਕਰਨੀ ਹੈ। 1 ਯੱਕਾ, ਟੋਟਲ 4 ਯੱਕੇ ਹੁੰਦੇ, 4/52, 1/13। 76 ਪੱਤੇ 12 ਹੁੰਦੇ ਨੇ, 12/52, 4 ਦੇ ਪਹਾੜੇ ਤੇ ਗਿਆ, 3/13। ਰੈੱਡ ਕਿੰਗ ਲਾਲ ਬਾਦਸ਼ਾਹ 2 ਹੁੰਦੇ ਹੈ, 2/52, 1/26। ਹੁਕਮ ਦੇ ਪੱਤੇ 13 ਹੁੰਦੇ ਆ, 13/52, 13 ਦੇ ਪਹਾੜੇ ਤੇ ਗਿਆ, 1/4। ਰੈੱਡ ਕਲਰ ਦੇ ਚਿੱਤਰ ਪੱਤੇ ਟੋਟਲ 12 ਹੋ ਗਏ, 6 ਰੈੱਡ ਕਲਰ ਦੇ, 6 ਕਾਲੇ, 2 ਦੇ ਪਹਾੜੇ ਤੇ ਗਿਆ, 3/26। ਨੈਕਸਟ ਆ ਗਿਆ ਜੀ, ਇੱਕ ਬਕਸੇ ਵਿੱਚ 3 ਨੀਲੀਆਂ, 2 ਸਫੇਦ ਤੇ 4 ਲਾਲ ਨੇ, ਤਾਂ ਕੁੱਲ ਗੇਂਦਾਂ ਕਿੰਨੀਆਂ ਹੋ ਗਈਆਂ? 9। 1 ਗੇਂਦ ਕੱਢੀ ਹੈ, ਠੀਕ ਹੈ ਜੀ, ਸੰਭਾਵਨਾ ਪਤਾ ਕਰੋ ਨੀਲੀ, 9 ਚੋਂ 3 ਨੀਲੀਆਂ ਨੇ, 3/9, ਹੱਲ ਕੀਤਾ 1/3। 2 ਸਫੈਦ ਹੈ, 2/9, 4 ਲਾਲ ਹੈ, 4/9, ਸਫੈਦ ਨਾ ਹੋਵੇ ਤਾਂ ਪਿੱਛੇ 7 ਬਚ ਗਈਆਂ, ਗ੍ਰੀਨ ਇੱਥੇ ਨਹੀਂ ਹੈਗੀ, ਆਂਸਰ ਕੀ ਆ ਗਿਆ? 0। ਬਹੁਤ ਸਿੰਪਲ ਟੋਪਿਕ ਹੈ ਦੇਖੋ ਇਹ ਆਪਣਾ। 40 ਵਿਦਿਆਰਥੀਆਂ ਦੀ ਕਲਾਸ ਵਿੱਚੋਂ 25 ਲੜਕੀਆਂ ਨੇ, ਹੁਣ 40 ਵਿਦਿਆਰਥੀ ਹੈ, 25 ਗਰਲਸ ਨੇ, ਤਾਂ ਪਿੱਛੇ ਬੋਇਜ਼ ਕਿੰਨੇ ਰਹਿ ਗਏ? 15 ਰਹਿ ਗਏ, ਠੀਕ ਹੈ। ਇੱਕ ਬੱਚੇ ਨੂੰ ਮੋਨੀਟਰ ਬਣਾਇਆ ਗਿਆ ਹੈ, ਸੰਭਾਵਨਾ ਪਤਾ ਕਰੋ ਕਿ ਲੜਕਾ ਹੋਵੇ ਮੋਨੀਟਰ, ਲੜਕੇ ਕਿੰਨੇ? 15 40 ਚੋਂ, ਤਾਂ 15/40, 5 ਦੇ ਪਹਾੜੇ ਤੇ ਵੰਡਿਆ, 3/8। ਸੇਮ ਲੜਕੀ 25/40, 5 ਦੇ ਪਹਾੜੇ ਤੇ ਵੰਡਿਆ, 5/8। ਨੈਕਸਟ, 20 ਬੱਲਬਾਂ ਦੇ ਇੱਕ ਸਮੂਹ ਵਿੱਚੋਂ 4 ਬੱਲਬ ਖਰਾਬ ਨੇ, ਟੋਟਲ 20 ਨੇ, 4 ਡਿਫੈਕਟਿਵ ਨੇ, 16 ਬਹੁਤ ਵਧੀਆ ਨੇ, ਗੁੱਡ ਨੇ।
ਕਹਿੰਦੇ ਸੰਭਾਵਨਾ ਪਤਾ ਕਰੋ, ਕਦੇ ਖਰਾਬ ਹੋਵੇ 4/20 ਬੀ ਚੋ 4 ਨੇ, ਕਿਉਂਕਿ 4 ਦੇ ਪਹਾੜ ਤੇ ਗਿਆ 1/5। ਠੀਕ ਕਿੰਨੇ 16 ਜੀ, 16/20 ਮਤਲਬ 4/5। ਇੱਕ ਬੱਚੇ ਕੋਲ ਅਜਿਹਾ ਪਾਸਾ ਹੈ ਜਿਸਦੇ ਫਲਕਾਂ ਉੱਤੇ ਆ ਲਿਖੇ ਹੋਏ ਨੇ, ਕਹਿੰਦੇ ਸੰਭਾਵਨਾ ਪਤਾ ਕਰੋ ਕਿ ਏ ਆਵੇ। ਟੋਟਲ 6 ਨੇ, ਇਹ 2 ਵਾਰ ਹੈ ਤਾਂ 2/6 1/3। ਡੀ 1 ਵਾਰ ਹੈ, ਕਿੰਨਾ ਆਂਸਰ ਆ ਗਿਆ 1/6। ਇੱਕ ਪੇਟੀ ਵਿੱਚ 90 ਪਲੇਟਾਂ ਹਨ ਜਿਸ ਉੱਤੇ 1 ਤੋਂ 90 ਤੱਕ ਸੰਖਿਆਵਾਂ ਲਿਖੀਆਂ ਹੋਈਆਂ ਹਨ। ਇੱਕ ਪਲੇਟ ਕੱਢੀ ਗਈ ਹੈ, ਸੰਭਾਵਨਾ ਪਤਾ ਕਰੋ ਕਿ 2 ਅੰਕਾਂ ਦੀ ਸੰਖਿਆਵਾਂ ਹੋ। ਹੁਣ 1 ਤੋਂ 90 ਤੱਕ ਸੰਖਿਆਵਾਂ ਹੋ ਗਈਆਂ 2 ਅੰਕਾਂ ਦੀਆਂ, 10 ਤੋਂ 90 81 ਸੰਖਿਆਵਾਂ ਹੋ ਗਈਆਂ। ਆਂਸਰ ਆ ਗਿਆ 81/90, 9/10। ਨੈਕਸਟ ਆ ਗਿਆ ਪੂਰਨ ਵਰਗ ਸੰਖਿਆਵਾਂ। ਦੇਖੋ 1 ਤੋਂ 90 ਤੱਕ ਪੂਰਨ ਵਰਗ ਸੰਖਿਆਵਾਂ 9 ਹੋਣਗੀਆਂ, 81 ਤੱਕ 9 9 81। 9/90, 1/10। 5 ਨਾਲ ਵੰਡੀਆਂ ਜਾਣ ਵਾਲੀਆਂ 5 ਦੇ ਪਹਾੜ ਦੇਖੋ 18 ਸੰਖਿਆਵਾਂ ਆਉਣਗੀਆਂ, ਤਾਂ ਇਹ ਹੋ ਗਿਆ ਜੀ 18/90, 1/5। ਨੈਕਸਟ 144 ਪੈਨਾਂ ਵਿੱਚੋਂ 20 ਪੈਨ ਖਰਾਬ ਨੇ, ਬਾਕੀ ਠੀਕ ਨੇ 124। ਸੰਭਾਵਨਾ ਪਤਾ ਕਰੋ ਕਿ ਜਿਹੜਾ ਇੱਕ ਪੈਨ ਚੁਣਿਆ ਗਿਆ ਠੀਕ ਹੋਵੇ, ਤਾਂ ਇਹ ਆ ਗਿਆ ਜੀ 124/144। 4 ਦੇ ਪਹਾੜ ਤੇ ਵੰਡਾਂਗੇ, ਕਿੰਨਾ ਆਂਸਰ ਆਜੂਗਾ 31/36। ਹਰਪ੍ਰੀਤ 2 ਸਿੱਕਿਆਂ ਨੂੰ ਉਛਾਲਦੀ ਹੈ। ਇੱਥੋਂ ਦੇਖੋ 2 ਦੇ ਕੇਸ ਕਿਹੜੇ ਕਿਹੜੇ ਬਣਨਗੇ, ਹੈੱਡ ਹੈੱਡ, ਹੈੱਡ ਟੇਲ, ਟੇਲ ਹੈੱਡ ਤੇ ਟੇਲ ਟੇਲ। ਸੰਭਾਵਨਾ ਪਤਾ ਕਰੋ ਘੱਟੋ ਘੱਟ ਇੱਕ ਚਿੱਤ ਹੈੱਡ ਹੋਵੇ, ਘੱਟੋ ਘੱਟ ਇੱਕ ਹੈੱਡ ਦੇ ਆਹ ਕੇਸ ਬਣਗੇ ਤੇ 2 ਇਹ ਵੀ ਹੋ ਸਕਦੇ ਆ, ਤਾਂ ਕਿੰਨਾ ਆਂਸਰ ਆ ਗਿਆ 3/4। ਸਵਿਤਾ ਅਤੇ ਹਮੀਦਾ 2 ਸਹੇਲੀਆਂ ਹਨ, ਦੋਹਾਂ ਦਾ ਜਨਮਦਿਨ ਇੱਕ ਹੀ ਦਿਨ ਹੋਵੇ ਆਮ ਸਾਲ। ਦੇਖੋ ਵੈਸੇ ਕੁਛ ਬੜਾ ਟੈਕਨੀਕਲ ਹੈ, ਪਰ ਮੈਂ ਸਿੰਪਲ ਭਾਸ਼ਾ ਸਮਝਾਉਣਾ ਕਿ 1 ਦਾ ਮਤਲਬ 365 ਚੋਂ ਇੱਕ ਵਾਰੀ ਆਂਸਰ 1/365 ਆ ਗਿਆ। ਅੱਗੇ ਟਰੂ ਫਾਲਸ, ਕਿਸੇ ਨਿਸ਼ਚਿਤ ਸਭ ਦੀ ਘਟਨਾ 1 ਬਿਲਕੁਲ ਸਹੀ ਹੈ, ਆਹ ਗਲਤ ਆ ਗਿਆ ਕਿਉਂਕਿ ਬਰਾਬਰ ਦਾ ਨਿਸ਼ਾਨ ਜ਼ਰੂਰੀ ਹੈ। ਠੀਕ ਹੈ, ਜੇ ਇਹ 15% ਹੈ ਤਾਂ ਨਾ 85% ਹੋ ਗਿਆ, 85/17/20 ਠੀਕ ਹੈ। ਅਸੰਭਵ ਘਟਨਾ ਦੀ ਸੰਭਾਵਨਾ 0 ਹੁੰਦੀ ਹੈ, ਇਹ ਗਲਤ। ਇੱਕ ਪਾਸੇ ਨੂੰ 1 ਵਾਰ ਸਿੱਟਿਆ ਗਿਆ, ਅਭਾਜ ਦੀ ਸੰਖਿਆ 1/2 ਹੁੰਦੀ ਹੈ, ਇਹ ਗਲਤ ਹੋ ਗਿਆ। ਅਗਰ ਕਿਸੇ ਘਟਨਾ ਦੀ ਕਹਿੰਦੇ ਸੰਭਾਵਨਾ 33 ਹੋ ਸਕਦੀ ਹੈ, ਬਿਲਕੁਲ ਸਹੀ ਹੈ। ਰਿਣਾਤਮਕ ਹੋ ਸਕਦੀ ਹੈ, ਨਹੀਂ ਹੋ ਸਕਦੀ। ਅਗਰ ਕਿਸੇ ਜਿੱਤਣ ਦੀ ਸੰਭਾਵਨਾ 2/5 ਹੈ ਤਾਂ ਹਾਰਨ ਦੀ 60 ਬਿਲਕੁਲ ਸਹੀ ਹੈ, ਕਿਉਂ, ਕਿਉਂਕਿ ਪਿੱਛੇ 3/5 ਰਹਿ ਗਈ, ਤੇ ਇਹਨੂੰ ਪ੍ਰਤੀਸ਼ਤ ਚ ਬਦਲਾਂਗੇ 60% ਆ ਜਾਊ। ਨੈਕਸਟ, ਕਿਸੇ ਘਟਨਾ ਦੀ ਸੰਭਾਵਨਾ ਤੇ ਨਾ ਹੋਣ ਦੀ ਸੰਭਾਵਨਾ ਟੋਟਲ 1 ਹੁੰਦਾ ਹੈ। ਨਿਸ਼ਚਿਤ ਘਟਨਾ ਦੀ ਸੰਭਾਵਨਾ 1, ਅਸੰਭਵ ਦੀ 0। ਇੱਕ ਸਿੱਕੇ ਨੂੰ 3 ਵਾਰ ਉਛਾਲਿਆ ਗਿਆ ਹੈ, ਕੁੱਲ ਪਰਿਣਾਮ 2^3 8 ਹੁੰਦੇ ਆ। ਇੱਕ ਸਿੱਕੇ ਨੂੰ 1 ਵਾਰ ਉਛਾਲਣ ਤੇ ਚਿੱਤ ਦੀ ਸੰਭਾਵਨਾ 1/2। ਅਗਰ ਇਹ 0.05 ਹੈ ਤਾਂ ਨਾ ਹੋਣ ਦਾ ਕਿੰਨਾ ਹੋ ਗਿਆ 0.95। ਇੱਕ ਸਿੱਕੇ ਨੂੰ 1 ਪਾਸੇ ਨੂੰ 1 ਵਾਰ ਸਿੱਟਣ ਤੇ ਅਭਾਜ ਸੰਖਿਆ ਨਾ ਆਵੇ, ਅਭਾਜ ਸੰਖਿਆ ਹੋ ਗਈ 2, 3, 5, ਇਹ ਨਾ ਆਵੇ, ਤਾਂ ਪਿੱਛੇ ਕਿੰਨੇ ਰਹਿ ਗਏ 3/6, 1/2। ਕਿਸੇ ਘਟਨਾ ਦੀ ਸੰਭਾਵਨਾ 3/7 ਹੈ ਤੇ ਨਾ ਹੋਣ ਦੀ ਕਿੰਨੀ ਹੋ ਗਈ 4/7। ਤਾਂ ਦੋਸਤੋ ਇਹ ਸੀ ਤੁਹਾਡਾ ਪ੍ਰੋਬੇਬਿਲਿਟੀ ਦਾ ਅਸਾਈਨਮੈਂਟ। ਥੈਂਕ ਯੂ।